ਅਜੀਤ ਮੈਪ ਟੀਵੀ ਦੇ ਦਰਸ਼ਕੋ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਯੋਗ ਭਜਾਏ ਰੋਗ ਵਿੱਚ। ਦੋਸਤੋ, ਅਸੀਂ ਤਕਰੀਬਨ ਹਰ ਹਫ਼ਤੇ ਇੱਕ ਨਵੇਂ ਆਸਣ ਦੇ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਔਰ ਆਸਣ ਦੇ ਨਾਲ ਅਸੀਂ ਰੋਗਾਂ ਨੂੰ ਆਪਣੇ ਤੋਂ ਪਰੇ ਕਰਦੇ ਜਾਂਦੇ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਹਰ ਆਸਣ ਦਾ ਪੂਰਾ ਫਾਇਦਾ ਲੈਂਦੇ ਹੋਵੋਗੇ। ਅਤੇ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਆਸਣ, ਜਿਹੜਾ ਹੈ ਮਕਰ ਆਸਣ। ਮਕਰ ਆਸਣ ਦੇ ਨਾਲ ਸਾਡੇ ਕਮਰ ਦੇ ਦਰਦ, ਸਾਡੇ ਸਰਵਾਈਕਲ ਦੀ ਪ੍ਰੋਬਲਮ, ਇਹਦੇ ਇਲਾਵਾ ਪੇਟ ਦੀ ਚਰਬੀ, ਅਸਥਮੈਟਿਕ ਪ੍ਰੋਬਲਮ ਅਤੇ ਡਿਪਰੈਸ਼ਨ ਤੋਂ ਵੀ ਇਹ ਆਸਣ ਸਾਨੂੰ ਬਾਹਰ ਕੱਢਣ 'ਚ ਬਹੁਤ ਸਹਾਇਕ ਹੈ। ਪਰ ਕਰਨਾ ਆਪਾਂ ਉੱਦਾਂ ਹੀ ਹੈ ਜਿੱਦਾਂ ਆਪਾਂ ਅੱਗੇ ਕਰਦੇ ਹਾਂ, ਚਿਹਰੇ 'ਤੇ ਮੁਸਕਾਨ ਲਿਆਉਂਦੇ ਹੋਏ, ਅਤੇ ਨਾਲ ਅਸੀਂ ਦੋਸਤੋ ਆਪਣੇ ਸਾਹਾਂ ਦਾ ਧਿਆਨ ਜ਼ਰੂਰ ਕਰਦੇ ਜਾਣਾ ਹੈ। ਸਾਹ ਨਾਲ ਭਰਨੇ ਹੈ ਅਤੇ ਸਾਹ ਦੇ ਨਾਲ ਆਪਾਂ ਹਰ ਕਿਰਿਆ ਨੂੰ ਕਰਾਂਗੇ, ਸਾਹ ਭਰਦੇ ਹੋਏ ਅਤੇ ਸਾਹ ਛੱਡਦੇ ਹੋਏ। ਆਹ ਦੋਸਤੋ, ਆਪਾਂ ਹੁਣ ਕਰਦੇ ਹਾਂ ਮਕਰ ਆਸਣ। ਮਕਰ ਆਸਣ ਦੇ ਵਿੱਚ ਅਸੀਂ ਪੇਟ ਦੇ ਵੱਲ ਲੇਟਦੇ ਹੋਏ ਦੋਨਾਂ ਹੱਥਾਂ ਨੂੰ ਅਸੀਂ ਆਪਣੀ ਚਿੰਦ ਥੱਲੇ ਰੱਖ ਸਕਦੇ ਹਾਂ, ਅਤੇ ਨੀਚੇ ਵੀ ਇਸ ਢੰਗ ਦੇ ਨਾਲ ਅਸੀਂ ਇੱਕ ਪੋਸਚਰ ਬਣਾਉਂਦੇ ਹੋਏ ਆਪਣੀ ਰਾਈਟ ਲੈਗ ਨੂੰ ਪਹਿਲਾਂ ਮੋੜਾਂਗੇ, ਸਾਹ ਭਰਦੇ ਹੋਏ ਅਤੇ ਸਾਹ ਛੱਡਦੇ ਹੋਏ ਅਸੀਂ ਨੀਚੇ ਲੈ ਕੇ ਆਵਾਂਗੇ। ਫਿਰ ਲੈਫਟ ਲੈਗ ਨੂੰ ਸਾਹ ਭਰਦੇ ਹੋਏ ਉੱਪਰ, ਯੈਸ, ਸਾਹ ਛੱਡਦੇ ਹੋਏ ਨੀਚੇ। ਬਹੁਤ ਹੀ ਆਰਾਮ ਦੇ ਨਾਲ ਦੋਸਤੋ, ਬਹੁਤ ਹੀ ਆਰਾਮ ਨਾਲ ਸਾਹ ਭਰਦੇ ਹੋਏ ਫਿਰ ਉੱਪਰ ਰਾਈਟ ਲੈਗ। ਇੱਥੇ ਰੁਕਦੇ ਹੋਏ ਅਤੇ ਆਪਣੀ ਕਮਰ 'ਤੇ ਖਿਚਾਵ ਮਹਿਸੂਸ ਕਰਦੇ ਹੋਏ ਫਿਰ ਅਸੀਂ ਸਾਹ ਛੱਡਦੇ ਹੋਏ ਨੀਚੇ ਲੈ ਕੇ ਆਵਾਂਗੇ ਆਪਣੀ ਲੈਗ ਨੂੰ। ਫਿਰ ਲੈਫਟ ਲੈਗ, ਯੈਸ, ਬਹੁਤ ਵਧੀਆ, ਆਰਾਮ ਦੇ ਨਾਲ ਸਾਹ ਭਰਦੇ ਹੋਏ ਉੱਪਰ ਲੈ ਕੇ ਜਾਓ ਅਤੇ ਇੱਥੇ ਉਹ ਖਿਚਾਵ ਨੂੰ ਮਹਿਸੂਸ ਕਰੋ ਜਿਹੜਾ ਕਮਰ 'ਤੇ ਹੋ ਰਿਹਾ ਹੋਵੇ। ਫਿਰ ਸਾਹ ਨੂੰ ਛੱਡਦੇ ਹੋਏ ਹੌਲੀ ਹੌਲੀ ਨੀਚੇ। ਇਹੀ ਕਿਰਿਆ ਦੋਸਤੋ ਤੀਜੀ ਵਾਰੀ ਆਪਣੀ, ਯੈਸ, ਸਾਹ ਭਰਦੇ ਹੋਏ ਲੈਗ ਨੂੰ ਮੋੜਦੇ ਹੋਏ, ਖਿਚਾਵ ਨੂੰ ਮਹਿਸੂਸ ਕਰਦੇ ਹੋਏ ਕਮਰ ਦੇ ਉੱਤੇ, ਯੈਸ, ਬਹੁਤ ਵਧੀਆ, ਸਾਹ ਨੂੰ ਛੱਡਦੇ ਹੋਏ ਨੀਚੇ। ਫਿਰ ਲੈਫਟ ਲੈਗ, ਸਾਹ ਨੂੰ ਭਰਦੇ ਹੋਏ ਲੈਗ ਨੂੰ ਮੋੜਦੇ ਜਾਣਾ ਬੜੇ ਹੀ ਆਰਾਮ ਦੇ ਨਾਲ। ਕੋਸ਼ਿਸ਼ ਕਰਨੀ ਹੈ ਏਡੀ ਨੂੰ ਲਗਾਉਣ ਦੀ, ਪਰ ਲੱਗੇਗੀ ਨਹੀਂ। ਪਰ ਹੌਲੀ ਹੌਲੀ ਸਾਹ ਨੂੰ ਛੱਡਦੇ ਹੋਏ ਫਿਰ ਆਪਾਂ ਨੀਚੇ ਲਿਆ। ਦੋਨੇ ਲੈਗਸ ਦੇ ਨਾਲ ਫਿਰ ਆਪਾਂ ਸਾਹ ਨੂੰ ਭਰਦੇ ਹੋਏ ਕੋਸ਼ਿਸ਼ ਕਰਨੀ ਹੈ ਕਿ ਆਪਣੀ ਅੱਡੀਆਂ ਨੂੰ ਕਮਰ ਨਾਲ ਲਗਾਉਣ ਦੀ। ਨਹੀਂ ਲੱਗਦੀਆਂ ਕੋਈ ਗੱਲ ਨਹੀਂ, ਪਰ ਉਸ ਖਿਚਾਵ ਨੂੰ ਜ਼ਰੂਰ ਮਹਿਸੂਸ ਕਰੋ ਜਿਹੜਾ ਕਮਰ 'ਤੇ ਹੋ ਰਿਹਾ ਹੋਵੇ। ਫਿਰ ਸਾਹ ਨੂੰ ਛੱਡਦੇ ਹੋਏ ਆਪਣੀ ਲੈਗਸ ਨੂੰ ਸਿੱਧੀਆਂ ਕਰਦੇ ਜਾਣਾ ਹੈ। ਬਹੁਤ ਹੀ ਆਰਾਮ ਨਾਲ ਦੋਸਤੋ ਸਾਹ ਨੂੰ ਭਰਦੇ ਹੋਏ ਫਿਰ ਲੈਗਸ ਨੂੰ ਮੋੜੋ, ਬਹੁਤ ਹੀ ਆਰਾਮ ਦੇ ਨਾਲ, ਯੈਸ। ਜਿਵੇਂ ਸਾਹ ਭਰ ਗਿਆ, ਖਿਚਾਵ ਨੂੰ ਮਹਿਸੂਸ ਕਰੋ ਕਮਰ ਦੇ ਉੱਤੇ। ਫਿਰ ਸਾਹ ਨੂੰ ਛੱਡਦੇ ਹੋਏ ਲੈਗਸ ਨੂੰ ਸਿੱਧਿਆਂ ਕਰਦੇ ਜਾਓ, ਹੌਲੀ ਹੌਲੀ। ਸਾਹ ਵੱਲ ਵੀ ਪੂਰਾ ਧਿਆਨ ਅਤੇ ਪੋਸਚਰ ਵੱਲ ਵੀ। ਫਿਰ ਸਾਹ ਭਰਦੇ ਹੋਏ ਤੀਸਰੀ ਵਾਰੀ, ਹਾਂਜੀ, ਇਹਦਾ ਪ੍ਰਯੋਗ ਆਪਾਂ 3 ਤੋਂ 5 ਵਾਰੀ ਕਰ ਸਕਦੇ ਹਾਂ। ਬੜੇ ਹੀ ਆਰਾਮ ਨਾਲ ਪੇਟ ਦੀ ਚਰਬੀ ਘਟਦੀ ਹੈ, ਇਹਦੇ ਨਾਲ ਕਮਰ ਦੀ ਪ੍ਰੋਬਲਮ ਹਟਦੀ ਹੈ, ਗੋਡਿਆਂ ਦੀ ਵੀ ਹੈ ਦਰਦਾਂ ਦੇ ਨਾਲ ਹਟਦੀਆਂ। ਪਰ ਦੋਸਤੋ ਹੈ ਕਰਨ ਦੇ ਉੱਤੇ, ਹਾਂਜੀ। ਇਹਦਾ ਦੂਸਰਾ ਚਰਨ ਆਪਣੀ ਬਾਜੂ ਨੂੰ ਪਿੱਛੇ ਲੈ ਕੇ ਜਾਵਾਂਗੇ ਥੋੜ੍ਹਾ, ਹਾਂਜੀ, ਅਤੇ ਰਾਈਟ ਲੈਗ ਨੂੰ ਆਪਾਂ ਰਾਈਟ ਹੈਂਡ ਦੇ ਨਾਲ ਪਕੜਦੇ ਹੋਏ ਅਤੇ ਲਗਾਉਂਦੇ ਹੋਏ ਹੁਣ ਅੱਡੀ ਨੂੰ ਪੂਰੀ ਤਰ੍ਹਾਂ ਆਪਣੇ ਹਿੱਪ ਦੇ ਨਾਲ ਫਿਰ ਆਪਾਂ ਨੀਚੇ ਲੈ ਜਾਵਾਂਗੇ। ਇਸੇ ਤਰ੍ਹਾਂ ਹੀ ਲੈਫਟ ਲੈਗ ਨੂੰ ਆਪਣੀ ਅੱਡੀ ਨੂੰ ਲਗਾਓ ਹਿੱਪ ਦੇ ਨਾਲ, ਲੈਫਟ ਹਿੱਪ ਦੇ ਨਾਲ। ਫਿਰ ਸਾਹ ਨੂੰ ਛੱਡਦੇ ਹੋਏ ਲੈਗ ਨੂੰ ਸਿੱਧਿਆਂ ਕਰੋ, ਬੜੇ ਆਰਾਮ ਨਾਲ, ਬਹੁਤ ਕੰਫਰਟ ਪੋਜੀਸ਼ਨ 'ਚ। ਫਿਰ ਰਾਈਟ ਲੈਗ ਨੂੰ ਬੜੇ ਆਰਾਮ ਨਾਲ ਸਾਹ ਨੂੰ ਭਰਦੇ ਗਏ ਅਤੇ ਆਪਾਂ ਪੈਰ ਨੂੰ ਫੜਿਆ ਅਤੇ ਆਪਣੀ ਅੱਡੀ ਨੂੰ ਕਮਰ ਨਾਲ ਲਗਾਤਾ, ਸਾਹ ਨੂੰ ਛੱਡਦੇ ਹੋਏ ਲੈਗ ਨੂੰ ਸਿੱਧਿਆਂ ਕਰਤਾ। ਫਿਰ ਇਸੇ ਤਰ੍ਹਾਂ ਹੀ ਆਪਾਂ ਆਪਣੀ ਲੈਫਟ ਲੈਗ ਨੂੰ, ਹਾਂਜੀ, ਫਿਰ ਲਗਾਉਂਦੇ ਹੋਏ ਹਿੱਪ ਦੇ ਨਾਲ।
ਫਿਰ ਸਾਹ ਨੂੰ ਛੱਡਦੇ ਹੋਏ ਨੀਚੇ। ਫਿਰ ਇੱਕ ਵਾਰੀ, ਤੀਜੀ ਤੇ ਅੰਤਿਮ ਵਾਰੀ, ਪੂਰੀ ਤਰ੍ਹਾਂ ਆਪਣੀ ਅੱਡੀ ਨੂੰ ਲਗਾਉਂਦੇ ਹੋਏ ਇਸ ਦੇ ਨਾਲ ਸੇ ਸਾਹ ਨੂੰ ਛੱਡਦੇ ਹੋਏ ਲੈਗ ਨੂੰ ਸਿੱਧਿਆਂ ਕਰਦੇ ਜਾਣਾ। ਸਾਹ ਦਾ ਧਿਆਨ ਖਾਸ ਕਰਕੇ ਇਸੇ ਤਰ੍ਹਾਂ ਹੀ ਲੈਫਟ ਅੱਡੀ ਨੂੰ ਆਪਣੀ ਲਗਾਉਂਦੇ ਹੋਏ। ਹਾਂਜੀ, ਪੇਟ ਦੀ ਚਰਬੀ ਇੰਨਾ ਕੱਟੇਗੀ। ਫਿਰ ਦੋਨੇ ਲੈਗਸ ਦੇ ਨਾਲ ਦੋਨੇ ਪੈਰਾਂ ਨੂੰ ਫੜਦੇ ਹੋਏ ਆਪਣੀ ਅੱਡੀ ਨੂੰ ਆਰਾਮ ਨਾਲ ਲਗਾ ਦਿਓ, ਲੱਗ ਜਾਣਗੀਆਂ। ਬਸ ਪ੍ਰਯਾਸ ਦੀ ਗੱਲ ਹੈ, ਕਈ ਵਾਰੀ ਪਹਿਲਾਂ ਨਹੀਂ ਲੱਗਦੀਆਂ, ਪਰ ਜਿੰਨਾ ਅਸੀਂ ਇਹਦਾ ਅਭਿਆਸ ਕਰਾਂਗੇ ਅਸੀਂ ਜ਼ਰੂਰ ਇਸ ਦੇ ਉੱਤੇ ਕਾਮਯਾਬ ਹੋਵਾਂਗੇ। ਫਿਰ ਦੋਨੇ ਲੈਗਸ ਨੂੰ ਮੋੜਦੇ ਹੋਏ, ਦੋਨੇ ਪੈਰਾਂ ਨੂੰ ਫੜਦੇ ਹੋਏ, ਹੀਲਸ ਨੂੰ ਲਗਾਉਂਦੇ ਹੋਏ ਕਮਰ ਦੇ ਨਾਲ, ਫਿਰ ਸਾਹ ਚੜ੍ਹਦੇ ਹੋਏ ਲੈਗਸ ਨੂੰ ਸਿੱਧਿਆ ਕਰਦੇ ਹੋਏ। ਫਿਰ ਇੱਕ ਵਾਰੀ, ਤੀਜੀ ਅਤੇ ਅੰਤਿਮ ਵਾਰ, ਯੈਸ, ਦੋਨੇ ਪੈਰਾਂ ਨੂੰ ਫੜ ਲਓ ਆਰਾਮ ਨਾਲ। ਹਾਂਜੀ, ਲਗਾ ਦਿਓ, ਚਿੰਨ ਲੱਗੀ ਹੋਈ ਤੁਹਾਡੀ ਜ਼ਮੀਨ ਨਾਲ। ਬਸ ਆਰਾਮ ਦੇ ਨਾਲ ਸਾਹ ਛੱਡਦੇ ਹੋਏ ਲੈਗਸ ਨੂੰ ਸਿੱਧਿਆ। ਹੁਣ ਦੋਸਤੋ, ਆਪਣੇ ਨੈਕ ਨੂੰ ਉੱਪਰ ਚੱਕਦੇ ਹੋਏ ਇੱਕ ਸ਼ੂਨੇ ਜਿਹਾ ਬਣਾਉਂਦੇ ਹੋਏ ਨੀਚੇ ਲੈ ਕੇ ਆਓ। ਪਹਿਲਾਂ ਰਾਈਟ ਸਾਈਡ ਦੇ ਉੱਤੇ, ਯੈਸ, ਗਰਦਨ ਦੇ ਕਈ ਤਰ੍ਹਾਂ ਦੇ ਰੋਗ ਦੂਰ, ਪਰ ਕੰਫਰਟ ਪੋਜੀਸ਼ਨ ਨੂੰ ਨਹੀਂ ਆਪਣੀ ਜਾਨ ਦੇਣਾ। ਫਿਰ ਲੈਫਟ ਸਾਈਡ ਦੇ ਉੱਤੇ, ਫਿਰ ਤੀਜੀ ਵਾਰੀ ਰਾਈਟ ਸਾਈਡ 'ਤੇ ਇੱਕ ਸਰਕਲ ਜਿਹਾ ਬਣਾਉਂਦੇ ਹੋਏ, ਯੈਸ, ਨੀਚੇ। ਫਿਰ ਲੈਫਟ ਸਾਈਡ ਦੇ ਉੱਤੇ ਸਰਕਲ ਅਤੇ ਸਾਹ ਭਰਦੇ ਹੋ ਉੱਪਰ, ਸਾਹ ਛੱਡਦੇ ਹੋਏ ਨੀਚੇ। ਫਿਰ ਆਪਣੇ ਦੋਨੇ ਹੱਥਾਂ ਨੂੰ ਲੈ ਜਾਣਾ ਅੱਗੇ ਅਤੇ ਆਪਣੀ ਚਿੰਨ ਨੂੰ ਇਹਨਾਂ ਦੇ ਉੱਪਰ ਟਿਕਾ ਦੇਣਾ, ਬਿਲਕੁਲ ਕੰਫਰਟ ਪੋਜੀਸ਼ਨ 'ਚ। ਦੋਸਤੋ, ਹੁਣ ਉਹ ਟਾਈਮ ਹੈ ਜਿਸ ਲਈ ਆਪਾਂ ਇਮੈਜਿਨ ਕਰਨਾ ਹੈ, ਅਸੀਂ ਮਹਿਸੂਸ ਕਰਨਾ ਜਿਸ ਤਰ੍ਹਾਂ ਅਸੀਂ ਪਾਣੀ ਦੇ ਵਿੱਚ ਸਾਡਾ ਸਰੀਰ ਕੰਫਰਟ ਪੋਜੀਸ਼ਨ 'ਚ ਤਰ ਰਿਹਾ ਹੋਵੇ। ਸਾਡੇ 'ਚ ਪਾਵਰ ਹੈ ਇਮੈਜੀਨੇਸ਼ਨ ਦੀ, ਅਤੇ ਉਸੇ ਦਾ ਯੂਜ ਕਰਦੇ ਹੋਏ ਸਰੀਰ ਬਿਲਕੁਲ ਕੰਫਰਟ ਪੋਜੀਸ਼ਨ ਦੇ ਵਿੱਚ ਜਿੱਦਾਂ ਪਾਣੀ ਦੇ ਵਿੱਚ ਤਰ ਰਿਹਾ ਹੋਵੇ ਇਹ ਮਹਿਸੂਸ ਕਰਦੇ ਹੋਏ। ਦੋਸਤੋ, ਇਹ ਸੀ ਮਕਰ ਆਸਨ। ਤੁਸੀਂ ਸਾਰੇ ਜਾਣਦੇ ਹੋ ਮਕਰ ਦਾ ਮਤਲਬ ਮਗਰਮੱਛ, ਅਤੇ ਇਹਦੇ ਨਾਲ ਅਸੀਂ ਬੜੇ ਹੀ ਆਪਣੇ ਸਰੀਰ ਨੂੰ ਬਲਿਸ਼ਟ ਵੀ ਬਣਾਉਂਦੇ ਹਾਂ, ਰੋਗਾਂ ਤੋਂ ਮੁਕਤ ਵੀ ਹੁੰਦੇ ਹਾਂ, ਅਤੇ ਅਸੀਂ ਇੱਕ ਡਿਪਰੈਸ਼ਨ ਤੋਂ ਬਾਹਰ ਆ ਜਾਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਹੀ ਆਰਾਮ ਦੇ ਨਾਲ ਇਸ ਆਸਨ ਨੂੰ ਕੀਤਾ। ਆਪਾਂ ਫਿਰ ਮਿਲਾਂਗੇ ਅਗਲੇ ਹਫ਼ਤੇ, ਤਦ ਤੱਕ ਲਈ ਸ਼ੁਕਰੀਆ।